ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ, ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ? ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ FIR ਜਿਹੜੀਆਂ ਸਾਰੀਆਂ ਪਛਾਤੀਆਂ ਕੱਟੋਗੇ? ਸਰਕਾਰ ਨੇ ਕਲੀਅਰ ਕੱਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ, ਉਹਦੇ ਵਿੱਚ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ FIR ਕੱਟਣੀ ਚਾਹੀਦੀ, ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ। ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ। ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ, ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸੱਚਾਈ ਹੈ ਉਹ ਖੁਦ ਬਖੁਦ ਬਾਹਰ ਆ ਜਾਂਦੀ ਹੈ। ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ, ਸਰਕਾਰ ਨੇ ਕਲੀਅਰ ਕੱਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ। ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ? CM ਸਾਹਿਬ ਸੀ। ਤਾਂ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ, ਔਰ 24 ਘੰਟਿਆਂ ਦੇ ਵਿੱਚ ਉਹਦਾ ਮਰਡਰ ਹੋ ਗਿਆ। ਹੁਣ ਜਿੱਥੋਂ ਤੱਕ CM ਦੀ ਸਿਕਿਉਰਿਟੀ ਦਾ ਮਸਲਾ ਹੈ, ਇਹ ਤਾਂ 1980 ਦੇ ਹਾਲਾਤ ਹੈ, ਜਦੋਂ ਪੰਜਾਬ ਦੇ ਵਿੱਚ ਗਵਰਨਰੀ ਰਾਜ ਚੱਲਦਾ ਸੀ, ਖਾੜਕੂਵਾਦ ਸਿਖਰਾਂ 'ਤੇ ਸੀ, ਉਦੋਂ ਦੀਆਂ ਇਹ ਗੱਲਾਂ ਨੇ। ਪਰੰਤੂ ਜੇ ਸਰਕਾਰ ਦੇ ਵਿੱਚ ਰੱਤੀ ਭਰ ਵੀ ਇਨਸਾਨੀਅਤ ਹੈ ਤਾਂ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ FIR ਕੱਟਣੀ ਚਾਹੀਦੀ, ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ ਨੇ। ਅਤੇ ਜੇ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਮੈਂ ਇਹੀ ਕਹਿ ਸਕਦਾ ਵੀ ਸਰਕਾਰ ਦਾ ਜਿੰਨਾ ਦੋਸ਼ੀਆਂ ਦਾ ਰੋਲ ਹੈ ਉਸ ਤੋਂ ਕਿਤੇ ਵੱਧ ਕੇ ਜਾ ਕੇ ਸਰਕਾਰ ਦਾ ਹੈ। ਕਿਉਂਕਿ ਇਹੀ ਵਜ੍ਹਾ ਵੀ ਅੱਜ 1.25 ਸਾਲ ਹੋ ਗਿਆ ਲਾਰੈਂਸ ਦੀ ਵੀਡੀਓ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਨੂੰ। ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ, ਸਰਦਾਰ ਸਾਹਿਬ 7 ਅਤੇ 8 ਦਾ ਮਾਰਚ ਦੀ ਰਾਤ ਦੇ ਵਿੱਚ ਜਿਹੜੀ ਸੀਗੀ, 7 ਤਰੀਕ ਅਤੇ 8 ਦੇ ਜਿਹੜੀ ਵਿਚਾਲੇ ਰਾਤ ਸੀ, ਉਸ ਰਾਤ ਨੂੰ ਲਾਰੈਂਸ ਬਿਸ਼ਨੋਈ ਤੇਰੀ ਪੰਜਾਬ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ, ਉਸ ਦਿਨ ਵੀਡੀਓ ਇੱਕ ਬਣੀ ਹੈ। ਔਰ ਜੇ ਉਹ ਵੀਡੀਓ ਬਣਾਉਣ ਵਾਲਾ ਇਨਸਾਨ ਹੈ ਉਹ ਕੈਨੇਡਾ ਭੱਜ ਚੁੱਕਿਆ, ਤੁਸੀਂ ਪਤਾ ਨਹੀਂ ਕਰ ਸਕਦੇ ਪੰਜਾਬ ਦਾ ਇੰਸਪੈਕਟਰ ਕਿਹੜਾ ਕੈਨੇਡਾ ਗਿਆ, ਕਿਹੜੇ ਅਫਸਰਾਂ ਦੇ ਹੁਕਮਾਂ 'ਤੇ ਹੋਈ ਹੈ, ਤੁਹਾਨੂੰ ਸਾਰਾ ਪਤਾ ਹੈ। ਅੰਕਲ, ਸਰਕਾਰ ਹੁਣ ਤੱਕ ਮੰਨ ਹੀ ਨਹੀਂ ਰਹੀ ਸੀ ਵੀ ਇਹ ਜਿਹੜੀ ਸੁਰੱਖਿਆ ਘਟਾਉਣ ਦੇ ਕਾਰਨ ਹੀ ਜਿਹੜੀ ਮੌਤ ਹੋਈ ਹੈਗੀ ਸਿੱਧੂ ਦੀ। ਇਹ ਤਾਂ ਕਹਿੰਦੀ ਸੀ ਉਹਦੇ ਕੋਲ 2 ਗਨਮੈਨ ਹੋ ਸੀਗੇ, ਪਰੰਤੂ ਅੱਜ ਸੱਚ ਬੋਲਤਾ ਨਾ। ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇ ਕੇ, ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿੰਦਾ ਵੀ ਹੁਣ ਤਾਂ ਤੁਹਾਡੇ ਮਨ 'ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ, ਕਿਉਂਕਿ ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ, ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ? ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ FIR ਜਿਹੜੀਆਂ ਸਾਰੀਆਂ ਪਛਾਤੀਆਂ ਕੱਟੋਗੇ? ਤਾਂ ਇੱਕ ਅੰਕਲ, ਤੁਹਾਡੇ ਵੱਲੋਂ ਹਰ ਵਾਰ ਜ਼ਿਕਰ ਕੀਤਾ ਜਾਂਦਾ ਸੀਗਾ ਕਿ ਸੁਰੱਖਿਆ ਦੀ ਜਿਹੜੀ ਲੀਕ ਕੀਤੀ ਗਈ ਆ ਸਿੱਧੂ ਦੀ ਘਟਾਉਣ ਦੇ ਮਾਮਲੇ ਦੇ ਵਿੱਚ, ਕੀ ਉਹ ਬੰਦਿਆਂ ਦੇ ਵੀ ਨਾਮ ਸਾਹਮਣੇ ਆਉਣੇ ਚਾਹੀਦੇ? ਮੈਂ ਤਾਂ ਬੇਟਾ ਕਈ ਵਾਰੀ CM ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਇਸ ਮਾਮਲੇ ਦੇ ਉੱਤੇ, ਮੈਂ ਲਿਖਤੀ ਰੂਪ 'ਚ ਵੀ ਦੇ ਕੇ ਆਇਆ, ਮੈਂ ਬਲਤੇਜ ਪੰਨੂ ਦਾ ਕਈ ਵਾਰੀ ਜ਼ਿਕਰ ਕੀਤਾ। ਫਿਰ ਵੀ ਜੇ ਕੋਈ, ਚਲੋ ਮੈਂ ਤਾਂ ਇੱਕ ਸ਼ਿਕਾਇਤ ਕਰਤਾ, ਮੇਰੀ ਗੱਲ 'ਚ ਫਰਕ ਹੋ ਸਕਦਾ ਕੋਈ ਨਾ ਕੋਈ, ਪਰੰਤੂ ਗੌਰਮੈਂਟ ਨੂੰ ਕਿਤੇ ਤਾਂ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਆਪਦੀ। ਕਿਸੇ ਮੇਰੀ ਐਪਲੀਕੇਸ਼ਨ 'ਤੇ ਤਾਂ ਪੜਤਾਲ ਹੋਣੀ ਚਾਹੀਦੀ ਹੈ, ਕਿਸੇ ਇੱਕ ਕੋਈ ਇੱਕ ਗੱਲ ਤਾਂ ਕਲੀਅਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਕੇਸ ਨਾਲ ਸੰਬੰਧਿਤ। ਹੁਣ ਤੁਸੀਂ ਦੇਖੋ ਵੀ ਸਟੇਟਸ ਰਿਪੋਰਟ ਦੇਣੀ ਹੈ ਉਸ ਵੀਡੀਓ ਦੀ, ਜੇ ਗੋਲਡੀ ਬਰਾੜ ਨੇ ਇੰਟਰਵਿਊ ਕੀਤੀ ਹੈ ਰਿਤੇਸ਼ ਲੱਖੀ ਦੇ ਨਾਲ,
ਤਾਂ ਰਿਤੇਸ਼ ਲੱਖੀ ਤੋਂ ਐਫੀਡੈਵਿਟ ਲਿਆ ਗਿਆ ਜਿਹੜਾ ਮੇਰੇ ਚਲਾਨ ਦੇ ਨਾਲ ਨੱਥੀ ਹੈ। ਤਾਂ ਜੇ ਜੋਗਿੰਦਰ ਪਟਿਆਲ ਲਾਰੈਂਸ ਦੀ ਵੀਡੀਓ ਕਰਦਾ ਤਾਂ ਸਰਕਾਰ ਨੂੰ ਪ੍ਰੋਬਲਮ ਕੀ ਹੈ? ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਦੋਸ਼ੀਆਂ ਦਾ ਸਾਥ ਕਿਉਂ ਦਿੰਦੇ ਹੋ? ਮੇਰਾ ਪੁੱਤ ਇੱਕ ਇੱਜ਼ਤਦਾਰ ਸਿਟੀਜਨ ਸੀ, ਉਹ ਤੁਹਾਨੂੰ 2 ਕਰੋੜ ਰੁਪਇਆ ਟੈਕਸ ਸਾਲ ਦਾ ਦਿੰਦਾ ਸੀ, ਮੇਰੇ ਪੁੱਤ ਨਾਲ ਤੁਹਾਡੀ ਕੀ ਦੁਸ਼ਮਣੀ ਸੀ? ਮੈਂ ਤਾਂ ਆਪ ਸਰਕਾਰ ਜਵਾਬ ਦੇਵੇ ਇਸ ਗੱਲ ਦਾ। ਤੁਸੀਂ ਹਰ ਜਗ੍ਹਾ ਦੇ ਉੱਤੇ ਬਦਮਾਸ਼ਾਂ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹੋ। ਜਦੋਂ ਤੁਹਾਡੀਆਂ ਸਿੱਟਾਂ, ਤੁਹਾਡੀ ਪੁਲਿਸ ਸਾਨੂੰ ਜੋ ਡਾਕੂਮੈਂਟ ਚਾਹੀਦੇ ਆ, ਜੋ ਸਿੱਟ ਵੱਲੋਂ ਚਾਹੀਦੇ ਹੁੰਦੇ, ਉਹ ਨਹੀਂ ਦਿੱਤੇ ਜਾ ਰਹੇ, ਫਿਰ ਅਸੀਂ ਕਿਹਦੇ ਕੋਲ ਜਾ ਕੇ ਅਰਜ਼ਾ ਪਰਚੀ ਕਰੀਏ? ਦੱਸੋ, ਫਿਰ ਸਾਡੇ ਕੋਲ ਲੋਕ ਬਚਦੇ ਆ, ਫਿਰ ਲੋਕਾਂ ਨੂੰ ਅਪੀਲ ਤਾਂ ਕਰਾਂਗੇ ਵੀ ਇਹ ਕਿੰਨੇ ਕੁ ਜ਼ਿੰਮੇਵਾਰ ਨੇ। ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ, ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਵੋਟ ਨਾ ਦਿੱਤਾ ਜਾਵੇ। ਬਹੁਤ ਝੂਠ ਬੋਲਦੇ ਨੇ ਇਹ, ਲੋਕਾਂ ਦੇ ਘਰ ਪੱਟ ਕੇ ਵੀ, ਲਾਸ਼ਾਂ ਦੇ ਉੱਤੇ ਵੀ ਰਾਜਨੀਤੀ ਕਰਦੇ ਆ। ਇਹਨਾਂ ਤੋਂ ਬਚਿਓ ਭਰਾਵੋ, ਤੁਹਾਡੀ ਸੱਚੀ ਸ਼ਰਧਾਂਜਲੀ ਹੋਊ ਸਿੱਧੂ ਮੂਸੇਵਾਲ ਨੂੰ, ਜਿੰਨੇ ਆ ਬੀਤ ਹੇਅਰ ਵਰਗੇ ਖੜ੍ਹੇ ਆ ਨਾ, ਇਹਨਾਂ ਨੂੰ ਵਿਰੋ ਮਾਂਜ ਕੇ ਤੋਰੋ। ਇੱਥੋਂ ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਸ ਗੱਲ ਇਹ ਨਹੀਂ ਕਿਸੇ ਦੀ ਗੱਲ ਸੁਣਦੇ।